सत श्री अकाल, तुसी देख रहे हो फास्ट वे अमृतसर खबरनामा। मैं हां नवनीत रंधावा ते हुण इक नज़र अज दे बुलेटिन दीआं मुख खबरां वल। अमृतसर दे अमन एवेन्यू इलाके विखे 20 साला नौजवान नूं गोलियां मार उतारिया मौत दे घाट। कैबिनेट मंत्री अमन अरोड़ा अपनी अमृतसर फेरी दौरान सचखंड श्री हरिमंदर साहिब अते श्री दुर्गियाना तीरथ विखे होए नतमस्तक। मेयर करमजीत सिंह रिंटू वालों कीती गई दसौंदा सिंह रोड विखे इंटरलॉकिंग टाइलां लगाउण दी शुरुआत। अते हुण खबरां विस्थार नाल। अमृतसर विच एक 20 साला नौजवान दा कतल कीते जाण दा मामला सामने आया है। मिली जानकारी दे मुताबिक अमृतसर विच 20 साला नौजवान राहुल नूं गोलियां मार के मौत दे घाट उतार दिता गया। यह वारदात अमन एवेन्यू इलाके विखे हुई। दस्या जा रहा है कि यह कतल पुरानी रंजिश के चलदियां कीता गया है। पुलिस ने मामला दर्ज कर कार्रवाई करदियां दोषियों नूं गिरफ्तार कीता है। दो गोलियां मारियां मुंडे दे इत्थे। किन्ने मारियां? ਭੱਟੀ ਨੇ ਪਤਾ ਨੀ ਤਿੰਨਾਂ ਚ ਕਿਸੇ ਨੇ ਇੱਕ ਨੇ ਮਾਰੀ ਮੇਰੇ ਸਾਲੇ ਦੇ ਰਾਹੁਲ ਦੇ ਨਾਮ ਕੰਮ ਕਰਦਾ ਸੀ ਸਾਡੇ ਨਾਲ ਹੀ ਵਿਆਹ ਸ਼ਾਦੀ ਨਾਲ ਕੰਮ ਕਰਦਾ ਸੀ। ਕਾਹਦੀ ਰੰਜਿਸ਼ ਚ ਗੋਲੀ ਮਾਰੀ? ਰੰਜਿਸ਼ ਮਤਲਬ ਐਸੀ ਪੈਸੇ ਪੂਸੇ ਲੈਣੇ ਸੀ ਇਹਨਾਂ ਨੇ ਤੇ ਆਪਾਂ ਇਹਨਾਂ ਨੂੰ ਮਕਾਨ ਵੀ ਦੇ ਚੁੱਕੇ ਜਿਹੜਾ 13-14 ਲੱਖ ਦਾ ਮਕਾਨ ਸੀ। ਤਿੰਨ ਲੱਖ ਰੁਪਏ ਪਹਿਲੇ ਕਰਜ਼ਾ ਹੀ ਸੀ। ਕੇਸ ਕਚਹਿਰੀ ਲੱਗਾ ਹੋਇਆ ਸੀ। ਮੰਗ ਸਾਨੂੰ ਕਾਰ ਪੂਰੇ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ। ਗੋਲੀ ਚੱਲੀ ਆ ਇਹ ਅਮਨ ਹੈ ਵੀ ਨਹੀਂ ਉਹ ਕਰ ਰਹੇ ਵੈਰੀਫਾਈ ਬੰਦੇ ਅਰੈਸਟ ਕੀਤੇ ਆ। ਅਰੈਸਟ ਕੀਤੇ ਆ ਹੁਣ ਇਹ ਪਤਾ ਕਰਦੇ ਆ ਵੀ ਕਿੰਨੇ ਗੋਲੀ ਚੱਲੀ। ਕਿੰਨੇ ਬੰਦੇ ਅਰੈਸਟ ਕੀਤੇ? ਅਸੀਂ ਕੀਤੇ ਆ ਬੰਦੇ ਅਰੈਸਟ ਜਿੰਨਾਂ ਕੋਈ ਸ਼ਾਕਾ ਜਾਂ ਜਿਨ੍ਹਾਂ ਨੇ ਮਰਡਰ ਕੀਤਾ ਮੈਨੂੰ ਨਾਂ ਨੂੰ ਦਾ ਤੁਸੀਂ ਨਾਂ ਦੱਸੋ ਮੈਨੂੰ। ਕਿਤੇ ਤੇ ਗੋਲੀ ਚਲਾਈ ਗਈ? ਹਜੇ ਕੋਈ ਸਟੇਟਮੈਂਟ ਨਹੀਂ ਕਿਸੇ ਨੇ ਦਿੱਤੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਆਪਣੀ ਅੰਮ੍ਰਿਤਸਰ ਫੇਰੀ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਹਾਜ਼ਰੀ ਭਰੀ। ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਹ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਵੀ ਨਤਮਸਤਕ ਹੋਏ ਅਤੇ ਠਾਕੁਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਦੁਰਗਿਆਣਾ ਕਮੇਟੀ ਦੇ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਜਨਰਲ ਸੈਕਟਰੀ ਅਰੁਣ ਖੰਨਾ, ਚੇਅਰਮੈਨ ਡਾਕਟਰ ਰਾਕੇਸ਼ ਸ਼ਰਮਾ, ਪਿਆਰਾ ਲਾਲ ਸੇਠ ਅਤੇ ਸਮੂਹ ਮੈਂਬਰਾਂ ਵੱਲੋਂ ਮੰਤਰੀ ਅਮਨ ਅਰੋੜਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ETO ਵੀ ਉਹਨਾਂ ਦੇ ਨਾਲ ਸਨ। ਮੈਂ ਔਰ ਮੇਰੇ ਨਾਲ ਸਰ ਭਜਨ ਸਿੰਘ ਜੀ, ETO ਸਾਹਿਬ, ਮੇਰੇ ਕੈਬਨਿਟ ਕਲੀਗ, ਅਸੀਂ ਦਰਬਾਰ ਸਾਹਿਬ ਦੁਰਗਿਆਣਾ ਮੰਦਿਰ ਅਸੀਂ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਉੱਪਰ ਮੱਥਾ ਟੇਕਣ ਪਹੁੰਚੇ ਹਾਂ ਔਰ ਇਸ ਤੋਂ ਬਾਅਦ ਇੱਥੇ ਨਤਮਸਤਕ ਹੋ ਕੇ ਸਾਡੀ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੀ ਮੀਟਿੰਗ ਹੈ ਜਿਸ ਦੇ ਵਿੱਚ ਡਿਪਾਰਟਮੈਂਟਲ ਮੀਟਿੰਗ ਵੀ ਹੋਏਗੀ, ਡਿਵੈਲਪਰਸ ਨੂੰ ਵੀ ਮਿਲਣਾ ਔਰ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਵੀ ਮਿਲਣਾ ਤਾਂ ਕਿ ਅੰਮ੍ਰਿਤਸਰ ਨੂੰ ਇੱਕ ਵਨ ਆਫ ਦਾ ਬੈਸਟ ਸਿਟੀਜ਼ ਬਣਾ ਸਕੀਏ। ਇਸ ਮਕਸਦ ਦੇ ਨਾਲ ਜਿੱਥੇ ਪਹੁੰਚੇ ਹਾਂ ਔਰ ਮੇਰਾ ਸੁਭਾਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ਹੈ ਜਿਹੜੀ ਉਹ ਇੱਥੇ ਨਤਮਸਤਕ ਹੋ ਕੇ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਪ੍ਰਧਾਨ ਜੀ ਨੇ, ਆਂਟੀ ਨੇ ਬੜੇ ਵਿਸਤਾਰ ਦੇ ਵਿੱਚ ਗੱਲ ਕੀਤੀ ਹੈ ਔਰ ਮੈਂ ਸਮਝਦਾ ਕਿ ਇਹ ਜੋ ਇਸ਼ੂ ਸ਼ਿਵਪੁਰੀ ਦਾ ਤੁਸੀਂ ਉਸ ਦਿਨ ਵੀ ਧਿਆਨ ਦੇ ਵਿੱਚ ਲਿਆਂਦਾ ਸੀਗਾ, ਅੱਜ ਵੀ ਆਪਾਂ ਗੱਲ ਕੀਤੀ ਹੈ। ਅੱਜ ਹੁਣ ਆਪਾਂ ਇੱਕ ਮਿੰਟ ਮੈਂ ਨਜ਼ਰ ਹੀ ਮਾਰ ਕੇ ਜਾਊਂਗਾ ਔਰ ਉਹਦਾ ਜੋ ਵੀ ਬੈਸਟ ਪੋਸੀਬਲ ਇਹਦੇ ਇਹ ਠੀਕ ਹੈ ਕਿ ਜਿਸ ਸਮੇਂ ਇਹ ਪ੍ਰੋਵੀਜ਼ਨਸ ਹੋਈਆਂ ਜਿੱਥੇ ਕ੍ਰਿਮੀਸ਼ਨ ਗਰਾਊਂਡਸ ਬਣਨੇ ਸੀਗੇ ਉਸ ਸਮੇਂ ਪਾਪੂਲੇਸ਼ਨ ਬਹੁਤ ਘੱਟ ਸੀਗੀ, ਅੱਜ ਹੁਣ ਬਹੁਤ ਵੱਧ ਚੁੱਕੀ ਹੈ, ਮਲਟੀਫੋਲਡ ਹੋ ਚੁੱਕੀ ਹੈ। ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਦਸੌਂਦਾ ਸਿੰਘ ਰੋਡ ਵਿਖੇ ਇੰਟਰਲੋਕਿੰਗ ਟਾਈਲਸ ਲਗਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਉਹਨਾਂ ਆਖਿਆ ਕਿ ਸ਼ਹਿਰ ਦੇ ਵਿੱਚ ਵਿਕਾਸ ਕਾਰਜ ਤੇਜ਼ੀ ਨਾਲ ਜਾਰੀ ਹਨ ਅਤੇ ਇਹਨਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਏਗੀ। ਇਲਾਕੇ ਦੇ ਲੋਕਾਂ ਨੇ ਇਹਨਾਂ ਵਿਕਾਸ ਕਾਰਜਾਂ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕਈ ਲੋਕ ਮੌਜੂਦ ਸਨ। ਅੱਜ ਦੇਖੋ ਆ ਲਾਰੈਂਸ ਰੋਡ ਐਕਸਟੈਂਸ਼ਨ ਦੇ ਨਾਲ ਸਾਰੇ ਅੱਗੇ ਜਿੱਥੇ ਰੋਡ ਵਾਈਡਨਿੰਗ ਜਿਹੜੀਆਂ ਸੜਕਾਂ ਦੇ ਕੰਢਿਆਂ ਤੇ ਕੱਚਾ ਜਗ੍ਹਾ ਸੀਗੀ, ਲਗਭਗ 50 ਲੱਖ ਰੁਪਏ ਦੇ ਨਾਲ ਇਹ ਸਾਰੀ ਇੱਥੇ ਰੋਡ ਵਾਈਡਨਿੰਗ ਦਾ ਕੰਮ ਸ਼ੁਰੂ ਕੀਤਾ। ਇਸ ਤੋਂ ਇਲਾਵਾ ਟੇਲਰ ਰੋਡ ਤੇ ਹੋਰ ਜਿਹੜਾ ਲੱਗਦਾ ਏਰੀਆ ਉਹਦੇ ਨਾਲ ਉੱਥੇ ਵੀ 1 ਕਰੋੜ ਰੁਪਏ ਦਾ ਜਿਹੜਾ ਰੋਡ ਵਾਈਡਨਿੰਗ ਤੇ ਹੋਰ ਸਾਰੇ ਸਾਡੇ ਕੰਮ ਨੇ, ਅੱਜ ਅਸੀਂ ਲਗਭਗ 1.5 ਕਰੋੜ ਰੁਪਏ ਦੇ ਜਿਹੜੇ ਵਿਕਾਸ ਦੇ ਕੰਮ ਨੇ ਇੱਥੇ ਸ਼ੁਰੂ ਕੀਤੇ ਨੇ। ਹੁਣ ਸਾਰੇ ਸ਼ਹਿਰ ਦੀਆਂ ਸੜਕਾਂ, ਗਲੀਆਂ ਤੇ ਸੀਵਰੇਜ ਪਾਣੀ ਦਾ ਕੰਮ ਮੁਕੰਮਲ ਕਰਨ ਤੋਂ ਬਾਅਦ ਜਿਹੜੀਆਂ ਸਾਡੀਆਂ ਰੋਡਸ ਦੇ ਵਾਈਡਨਿੰਗ ਦੀ ਲੋੜ ਸੀ ਅਸੀਂ ਹੁਣ ਉਹ ਵੀ ਸ਼ੁਰੂ ਕਰ ਦਿੱਤਾ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਲੋਕਾਂ ਦੀਆਂ ਆਸਾਂ ਤੇ ਪੂਰੇ ਉਤਰੇ ਹਾਂ ਔਰ ਜੋ ਲੋਕਾਂ ਨੇ ਸਾਡੇ ਤੋਂ ਆਸਾਂ ਲਾਈਆਂ ਸੀ ਅਸੀਂ ਇਨ ਬਿਨ ਨਿਭਾਉਣ ਦੇ ਵਿੱਚ ਕਾਮਯਾਬ ਹੋਏ ਹਾਂ।
अजनाला दी छन्ना चौंकी नेड़े तार पार करदा दहशतगर्द बीएसएफ दे जवानां वल्लों टेर कीता गया अते पुलिस नूं सूचना दित्ती गई। पुलिस चौंकी गग्गो माहल दे एएसआई बलदेव सिंह ने दस्या कि उन्हां नूं बीएसएफ वल्लों सूचना मिली सी कि सरहदी तारां दे कोल एक पाकिस्तानी घुसपैठिया जो कि भारत विच वड़न दी कोशिश कर रहा सी उस नूं बीएसएफ जवानां वल्लों मौके ते ही टेर कर दिता गया। उस दी लाश नूं सिविल हस्पताल अजनाला विखे 72 घंटे वास्ते शनाखत लई रख्या गया। उस कोलों एक पंप गन, तमाकू दी पुड़ी अते पाकिस्तानी बीड़ियां भी बरामद होईयां सन। सवेरे बीएसएफ वल्लों सानू दस्या गया जी पोस्ट बेदी छिंदा वल्लों, फिर उत्थे मौके ते गए, मौके ते जाके वेख्या डेड बॉडी जिहड़ी आ तार दे नज़दीक पई हुई जी। जो ये व्यक्ति जिहड़ा इंडिया वाली तार जिहड़ी कंडियाली लगी आ बार्डर ते ਉਹਨੂੰ ਕਰੋਸ ਕਰਦਾ ਕਰਦਾ ਸੀ, ਕਰੋਸ ਕਰਦੇ ਨੂੰ ਬੀ ਐੱਸ ਐੱਫ ਵੱਲੋਂ ਗੋਲੀ ਨਾਲ ਮਾਰਿਆ ਗਿਆ। ਹਾਂਜੀ, ਜੋ ਬੀ ਐੱਸ ਐੱਫ ਨੇ ਸਾਡੇ ਸਪੁਰਦ ਕੀਤਾ ਡੈੱਡ ਬੋਡੀ ਸਿਵਲ ਹੋਸਪਿਟਲ ਨਾਲਾ ਜਮ੍ਹਾਂ ਕਰਵਾ ਦਿੱਤੀ 72 ਘੰਟੇ ਵਾਸਤੇ ਸ਼ਨਾਖਤ ਵਾਸਤੇ। ਸਪਰਿੰਗ ਗੰਨ, ਇੱਕ ਤੰਬਾਕੂ ਦੀ ਪੁੜੀ ਅਤੇ ਬੀੜੀਆਂ ਪਾਕਿਸਤਾਨੀ। ਅੱਗੇ ਦੀ ਕਾਰਵਾਈ 72 ਘੰਟੇ ਤੋਂ ਬਾਅਦ 'ਚ ਅਮਲ ਵਿੱਚ ਲਿਆਂਦੀ ਜਾਏਗੀ। ਪੰਜਾਬ ਵਿਧਾਨ ਸਭਾ ਦੀ ਵੈਲਫੇਅਰ ਕਮੇਟੀ ਦੇ ਮੈਂਬਰਾਂ ਨੇ ਭਾਰਤ ਪਾਕਿਸਤਾਨ ਅਟਾਰੀ ਸਰਹੱਦ ਤੇ ਰੀਟਰੀਟ ਸੈਰੇਮਨੀ ਦਾ ਆਨੰਦ ਲਿਆ। ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਕਮੇਟੀ ਦੇ ਮੈਂਬਰਾਂ, ਚੇਅਰਮੈਨ ਅਤੇ ਵਿਧਾਇਕ ਮਨਜੀਤ ਸਿੰਘ, ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਵਿਧਾਇਕ ਜੀਵਨ ਸਿੰਘ ਸੰਘਵਾ, ਵਿਧਾਇਕ ਮਾਸਟਰ ਜਗਸੀਰ ਸਿੰਘ, ਵਿਧਾਇਕ ਨਛੱਤਰਪਾਲ ਸਿੰਘ ਅਤੇ ਅੰਡਰ ਸੈਕਟਰੀ ਨਰਿੰਦਰ ਸਿੰਘ ਪੱਟੀ ਦਾ ਸਵਾਗਤ ਕੀਤਾ। ਇਸ ਵਕਤ ਬਾਰਡਰ ਤੇ ਖੜਾ ਜਿੱਥੇ ਰਿਟਰੀਟ ਦੀ ਜਿਹੜੀ ਸੈਰੇਮਨੀ ਹੈ ਉਹ ਸਮਾਪਤ ਹੋਈ ਹੈ, ਔਰ ਇੱਥੇ ਆ ਕੇ ਮੇਰੇ ਨਾਲ ਹੋਰ ਮੇਰੇ MLAs ਨੇ, ਕਮੇਟੀ ਮੈਂਬਰਸ ਨੇ, ਸਾਡੇ ਸਭਾਪਤੀ ਨੇ, ਬਹੁਤ ਆਨੰਦ ਆਇਆ। ਅਸੀਂ ਮਾਨਵਤਾ ਨੂੰ ਪਿਆਰ ਕਰਨ ਵਾਲੇ ਲੋਕ ਹੈ, ਅਮਨ ਸ਼ਾਂਤੀ ਨੂੰ ਚਾਹੁਣ ਵਾਲੇ ਲੋਕ ਹੈ। ਅੱਜ ਅਸੀਂ ਪਾਕਿਸਤਾਨ ਅਤੇ ਇੰਡੀਆ ਦੇ ਬਾਰਡਰ 'ਤੇ ਆਏ ਹਾਂ, ਬਹੁਤ ਚੰਗਾ ਲੱਗਿਆ ਕਿਉਂਕਿ ਹਿੰਦੁਸਤਾਨ ਦੇ ਪੰਜਾਬ ਦੇ ਲੋਕ ਇੱਥੇ ਆਪਦਾ ਪਰੇਡ ਦੇਖਣ ਆਉਂਦੇ ਨੇ, ਬੜਾ ਵਧੀਆ ਲੱਗਿਆ ਵਾ ਦੇਖ ਕੇ ਬਈ ਜਿੰਨੀਆਂ ਕੁਰਸੀਆਂ ਨੇ ਇੱਕ ਵੀ ਕੁਰਸੀ ਖਾਲੀ ਨਹੀਂ, ਇੰਨਾ ਮਨ ਨੂੰ ਖੁਸ਼ੀ ਮਿਲੀ ਆ ਵੀ ਸਾਡੇ ਕੋਲ ਬਿਆਨ ਕਰਨ ਨੂੰ ਨਹੀਂ। ਭਾਵੇਂ ਪਹਿਲਾਂ ਕਾਫੀ ਵਾਰ ਆਇਆ ਪਰ ਇਸ ਵਾਰ ਜਿਹੜਾ ਵੱਖਰਾ ਨਜ਼ਾਰਾ ਸੀ ਬੜਾ ਚੰਗਾ ਲੱਗਿਆ। ਸਾਡੇ ਨਾਲ ਸਾਡੇ MLA ਸਾਹਿਬਾਨ ਵੀ ਪਹੁੰਚੇ ਨੇ, ਸਾਡੇ ਵਿਧਾਨ ਸਭਾ ਦਾ ਸਟਾਫ ਵੀ ਪਹੁੰਚਿਆ। ਪੁਲਿਸ ਜ਼ਿਲ੍ਹਾ ਬਟਾਲਾ ਵੱਲੋਂ ਇੱਕ ਐਸੇ ਪਤੀ ਪਤਨੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦੇ ਕਾਲੇ ਕਾਰੋਬਾਰ ਨਾਲ ਜੁੜੇ ਸਨ। ਇਹਨਾਂ ਦੋਵਾਂ ਪਤੀ ਪਤਨੀ ਕੋਲੋਂ ਪੁਲਿਸ ਨੇ 120 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਬਰਾਮਦ ਕੀਤਾ। ਬਟਾਲਾ ਦੇ DSP ਸਿਟੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਦੀਵਾਨੀਵਾਲ ਦਾ ਕੁਲਵਿੰਦਰ ਸਿੰਘ ਅਤੇ ਉਸਦੀ ਪਤਨੀ ਕਮਲਜੀਤ ਕੌਰ ਦੀ ਜਦ ਸੂਚਨਾ ਮਿਲਣ 'ਤੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 120 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹਨਾਂ ਦੋਵਾਂ ਦੇ ਖਿਲਾਫ਼ ਕੇਸ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗ੍ਰਿਫਤਾਰ ਕੁਲਵਿੰਦਰ ਸਿੰਘ ਖਿਲਾਫ਼ ਪਹਿਲਾਂ ਵੀ ਵੱਖ ਵੱਖ ਥਾਣਿਆਂ 'ਚ ਸ਼ਰਾਬ ਤਸਕਰੀ ਅਤੇ ਹੋਰਨਾਂ ਅਪਰਾਧਿਕ ਮਾਮਲਿਆਂ 'ਚ 7 ਕੇਸ ਦਰਜ ਹਨ। ਕੱਲ੍ਹ ਨਾਕਾ ਲਗਾਇਆ ਸੀ ਸਪੈਸ਼ਲ ਮੁਹਿੰਮ ਦੇ ਤਹਿਤ, ਕਾਫੀ ਸਮੇਂ ਤੋਂ ਇਨਫੋਰਮੇਸ਼ਨ ਸੀ ਵੀ ਜਿਵੇਂ ਹਸਬੈਂਡ ਵਾਈਫ ਨਸ਼ਾ ਵੇਚ ਰਹੇ ਨੇ ਅਤੇ ਇਲਾਕੇ ਨੂੰ ਕਾਫੀ ਤੌਰ 'ਤੇ ਇਸ ਬਰਬਾਦ ਕਰ ਰਹੇ ਨੇ ਜੀ। ਨਾਕੇ ਦਰਮਿਆਨ ਜੇ ਚੈੱਕ ਕੀਤਾ ਗਿਆ ਇਹਦੇ ਕੋਲੋਂ 100 ਗ੍ਰਾਮ ਪਿੰਨ ਕਮਲਜੀਤ ਕੋਲੋਂ ਅਤੇ ਇਹਦੀ ਵਾਈਫ ਕੋਲੋਂ 20 ਗ੍ਰਾਮ ਹਿੰਨ ਬਰਾਮਦ ਹੋਈ। ਇਨਪੁੱਟ ਸੀ, ਇਨਫੋਰਮੇਸ਼ਨ ਸੀ ਵੀ ਕਾਫੀ ਤੌਰ 'ਤੇ ਕਾਫੀ ਨਸ਼ਾ ਵੇਚਣ ਦੇ ਜੀ। ਇਹਨਾਂ 120 ਗ੍ਰਾਮ ਹਿਰਨ, 1200 ਰੁਪਈਆ ਅਤੇ ਕੰਡਾ ਜੀ। ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਨੂੰ ਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਇਹ ਵਿਚਾਰ ਸਾਂਝੇ ਕਰਦਿਆਂ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਆਖਿਆ ਕਿ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਉਹ ਹਰ ਸੋਮਵਾਰ ਆਪਣੇ ਦਫ਼ਤਰ ਵਿੱਚ ਲੋਕਾਂ ਨੂੰ ਮਿਲਦੇ ਹਨ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਹਨ ਅਤੇ ਉਹ ਹਰ ਮੰਗਲਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪੇਂਡੂ ਖੇਤਰਾਂ ਦਾ ਦੌਰਾ ਕਰਕੇ ਲੋਕਾਂ ਨੂੰ ਮਿਲਣਗੇ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਮੁਸ਼ਕਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਵੈਬਸਾਈਟ ਜਾਂ ਪੋਰਟਲ 'ਤੇ ਵੀ ਭੇਜ ਸਕਦੇ ਹਨ। 2023 ਵਿੱਚ ਵੀ ਜੀ ਜਿਹੜੀ ਅਸੀਂ ਰੀਚ ਸ਼ੁਰੂ ਕੀਤੀ ਸੀਗੀ 2022 ਦੀ, ਉਹਨੂੰ ਕੰਟੀਨਿਊ ਕਰਦੇ ਹੋਏ ਪਬਲਿਕ ਗ੍ਰੀਵੈਂਸਿਸ ਦਾ ਜਿਹੜਾ ਡੇ ਹੈਗਾ ਉਹ ਸੋਮਵਾਰ ਦਾ ਦਿਨ ਫਿਕਸ ਕੀਤਾ ਗਿਆ ਹੈਗਾ।
तो मंगलवार को मैं आप निजी तौर पर जिहड़ा हैगा ज़िले में टूरिंग करया करांगा, वख-वख पिंडां विच देहाती इलाकियां विच जाया करांगा, उत्थे दे डिवेलपमेंट वर्क्स की समीक्षा करांगा, उत्थे स्कूलां आंगनवाड़ी सेंटरां नूं देखांगा, उत्थे पंचायतां नाल मिल के मौतबारां नाल मिल के पिंड नूं की होर असी प्रोवाइड कर सकते हैं उहदे बारे असी विचार वटांतरा करांगे ते एक्शन लवांगे। मेरी बेनती यही है भी कोई भी पब्लिक का व्यक्ति जिहड़ा साडा ऑनलाइन PGRS पब्लिक ग्रीवेंस रिड्रेसल सिस्टम हैगा उस दी वध तो वध वरतों करनी शुरू करे। वो एक बहुत वधिया सिस्टम सरकार ने बनाया है जिस ते असीं मितिवत तरीके दे नाल फॉलोअप करके महकमियां तो कंसर्न दफ्तरां तो कीती कार्रवाई दियां बकायदा रिपोर्टा ले सकते हैं। तो उहदे विच अपील की प्रोविजन भी है जिहदे विच मैं एपीलेट अथॉरिटी की तरह एक्ट करदा। सो मैं यही बेनती करांगा कि अपनी कोई भी ग्रीवेंस हैगी है उन्हों जिहड़े सरकार दे नवे ऑनलाइन सिस्टम्स हैं उन्हां विच पाया जावे अते नाल ही थोड़ा पेशेंस भी रख्या जावे। सरकारी जिहड़ियां गतिविधियां हुंदियां हैं उन्हां विच अक्सर समा लग जांदा है। असी कोशिश कर रहे हैं कि असी समय नूं घट तो घट उहदे ते लैके आईए, मिनीमम रिक्वायर्ड टाइम ही यूज़ करिए, पर मेरी नाल ही पब्लिक नूं रिक्वेस्ट है भी थोड़ा पेशेंस दिखाया जावे। कई बार रुझेवें इहो जिहे हुंदे आ अफसरां कोल होर बहुत कम्मां दे चक्कर विच तुहाडी ग्रीवेंस कुछ समय लई पिछे चली जांदी है, पर असीं कोशिश करांगे कि 2023 विच तुहानूं सरकार नूं ज़िला प्रशासन नूं किसी दफ्तर नूं कोई लांबा ना ਤੁਹਾਡੇ ਵੱਲੋਂ ਦਿੱਤਾ ਜੀ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਹਿਬ ਹਰਪ੍ਰੀਤ ਸਿੰਘ ਸੂਦਨ ਹੋਰਾਂ ਦਾ ਕਹਿਣਾ ਕਿ ਸਾਲ 2023 ਸਾਡੇ ਜੀਵਨ ਦੇ ਵਿੱਚ ਦਸਤਕ ਦੇ ਚੁੱਕਾ ਹੈ ਔਰ ਜ਼ਿਲ੍ਹਾ ਪ੍ਰਸ਼ਾਸਨ ਇਹ ਯਕੀਨੀ ਬਣਾਏਗਾ 2023 ਦੇ ਵਿੱਚ ਕਿ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਬੰਧਿਤ ਜਿਹੜੀਆਂ ਵੀ ਲੋਕਾਂ ਦੀਆਂ ਮੁਸ਼ਕਲਾਂ ਉਹ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ ਔਰ ਲੋਕ ਆਪਣੀ ਮੁਸ਼ਕਲਾਂ ਦੇ ਹੱਲ ਲਈ ਉਹਨਾਂ ਨੂੰ ਕਦੇ ਵੀ ਮਿਲ ਸਕਦੇ ਨੇ। ਸੋ ਉਹਨਾਂ ਨੇ ਇਹ ਵੀ ਲੋਕਾਂ ਨੂੰ ਹਿਦਾਇਤ ਕੀਤੀ ਹੈ ਕਿ ਉਹ ਜਿਹੜੀਆਂ ਆਪਣੀਆਂ ਸ਼ਿਕਾਇਤਾਂ ਨੇ ਉਹ ਪੰਜਾਬ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਪੋਰਟਲ 'ਤੇ ਵੀ ਦੇ ਸਕਦੇ ਨੇ ਔਰ ਇਹਨਾਂ ਜਿਹੜੀਆਂ ਸ਼ਿਕਾਇਤਾਂ ਨੇ ਇਹਨਾਂ ਦਾ ਹੱਲ ਫੌਰਨ ਕੀਤਾ ਜਾਏਗਾ। ਜੇਕਰ ਹੱਲ ਕਰਨ 'ਚ ਕੋਈ ਸਮਾਂ ਵੀ ਲੱਗਦਾ ਹੈ ਤਾਂ ਲੋਕ ਕੁਝ ਦੇਰ ਇੰਤਜ਼ਾਰ ਕਰਨ, ਲੇਕਿਨ ਲੋਕਾਂ ਦੀ ਮੁਸ਼ਕਲ ਦਾ ਹੱਲ ਜ਼ਰੂਰ ਕੀਤਾ ਜਾਵੇਗਾ। ਕੈਮਰਾਮੈਨ ਰਕੇਸ਼ ਕੁਮਾਰ ਨਾਲ ਸੰਦੀਪ ਸਿਆਲ, ਫਾਸਟ ਨਿਊਜ਼ ਅੰਮ੍ਰਿਤਸਰ। ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ ਮਿਊਜ਼ਿਕ ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਨਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟੀਜ਼ਮੈਂਟ ਦੇਣ ਲਈ ਫੋਨ ਨੰਬਰ 7009300883 ਤੇ ਸੰਪਰਕ ਕੀਤਾ ਜਾ ਸਕਦਾ ਹੈ। 13 ਜਨਵਰੀ ਲੋਹੜੀ ਦਾ ਤਿਉਹਾਰ ਜਿਸ ਨੂੰ ਮਨਾਉਣ ਲਈ ਲੋਕਾਂ ਵਿੱਚ ਕਾਫੀ ਉਤਸ਼ਾਹ ਹੁੰਦਾ ਹੈ ਅਤੇ ਇਸ ਲੋਹੜੀ ਦੇ ਤਿਉਹਾਰ ਨੂੰ ਧੀਆਂ ਦੀ ਲੋਹੜੀ ਦੇ ਰੂਪ ਵਿੱਚ ਵੀ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਵਿਆਹੀਆਂ ਲੜਕੀਆਂ ਨੂੰ ਮਾਪਿਆਂ ਵੱਲੋਂ ਲੋਹੜੀ ਤੇ ਸਭ ਤੋਂ ਵੱਡੀ ਸੁਗਾਤ ਖਜੂਰ ਅਤੇ ਹੋਰ ਕਈ ਸੁਗਾਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਇਹ ਖਜੂਰ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਬਣਦੀ ਹੈ ਅਤੇ ਲੋਕ ਇਸ ਨੂੰ ਲੋਹੜੀ ਤੇ ਖਰੀਦਦੇ ਹਨ। ਸਾਡੀ ਫਾਸਟਵੇ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਖਜੂਰ ਵੇਚਣ ਵਾਲੇ ਦੁਕਾਨਦਾਰਾਂ ਅਤੇ ਖਰੀਦਣ ਵਾਲੇ ਗਾਹਕਾਂ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਲੋਹੜੀ ਦਾ ਤਿਉਹਾਰ ਜਿਹੜਾ ਹੈ ਪਰੰਪਰਿਕ ਪੰਜਾਬ ਦਾ ਤਿਉਹਾਰ ਹੈ, ਹਾਂਜੀ, ਔਰ ਇਹਦੇ 'ਚ ਖਾਸ ਕਰ ਕੁਛ ਆਈਟਮਾਂ ਜਿਹੜੀਆਂ ਨੇ, ਖਜੂਰ ਹੈ ਜਿਸ ਤਰ੍ਹਾਂ ਅੰਮ੍ਰਿਤਸਰ 'ਚ ਹੀ ਬਣਦੀ ਹੈ ਔਰ ਮੈਦੇ ਦੀ ਬਣਦੀ ਹੈ ਔਰ ਇਹ ਅੰਮ੍ਰਿਤਸਰ ਤੋਂ ਇਲਾਵਾ ਕਿਤੇ ਨਹੀਂ ਬਣਦੀ। ਨਹੀਂ, ਕੋਈ ਖਾਸ ਨਹੀਂ, ਅਸੀਂ ਤਾਂ ਉਹੀ ਨੋਮੀਨਲ ਰੇਟਾਂ 'ਤੇ ਵੇਚ ਰਹੇ ਹਾਂ, ਸਾਡੇ ਕਸਟਮਰ ਲੱਗੇ ਨੇ ਪੁਰਾਣੇ, ਬਾਕੀ ਅਜੇ ਹੈ ਟਾਈਮ ਹੈ ਥੋੜ੍ਹਾ, ਬਾਕੀ ਠੀਕ ਹੈ, ਰੂਟੀਨ ਲੋਕ ਆਰਡਰ ਦੇਈ ਜਾਂਦੇ ਨੇ। ਹਾਂਜੀ, ਖੋਏ ਦਾ ਭੁੱਗਾ ਹੁੰਦਾ ਜੀ, 2-3 ਤਰ੍ਹਾਂ ਦਾ ਭੁੱਗਾ ਹੁੰਦਾ, ਮੂੰਗਫਲੀ ਵਗੈਰਾ ਹੁੰਦੀ ਹੈ। ਅਸੀਂ ਸਰ ਖਜੂਰ ਲੈਣ ਆਏ ਹਾਂ ਲੋਹੜੀ ਕਰਕੇ, ਲੋਹੜੀ ਦਾ ਜਿਹੜਾ ਤਿਉਹਾਰ ਹੈ ਖਜੂਰ ਤੋਂ ਬਿਨਾਂ ਅਧੂਰਾ, ਬਿਲਕੁਲ ਬਾਜ਼ਾਰ ਸਾਰੇ ਪਾਸੇ ਭਰੇ ਨੇ ਅਤੇ ਰੌਣਕਾਂ ਲੱਗੀਆਂ ਲੋਹੜੀਆਂ ਦੀਆਂ। ਭੁੱਗਾ ਲੈਣ ਆਏ ਹਾਂ, ਖਜੂਰ ਲੈਣ ਆਏ ਹਾਂ, ਜਿਹੜੀ ਲੋਹੜੀ ਦੀ ਸਪੈਸ਼ਲ ਆਈਟਮਾਂ ਨੇ, ਬਾਕੀ ਕੁਆਲਿਟੀ ਵਾਈਜ਼ ਵੀ ਬਹੁਤ ਵਧੀਆ ਨੇ ਜੋਲੀ ਸਵੀਟਸ। ਅਤੇ ਬਾਕੀ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਰੇ ਜਾਣੇ ਜ਼ਰੂਰ ਟਰਾਈ ਕਰਨ ਖਜੂਰਾਂ ਭੁੱਗੇ ਜੋ ਆਈਟਮ ਹੈ ਲੋਹੜੀਆਂ ਦੀਆਂ। ਸਾਲ ਦੇ ਲਾਸਟ 'ਚ ਜਿੱਥੇ ਠੰਡ ਦੀ ਸ਼ੁਰੂਆਤ ਸ਼ੁਰੂ ਹੋ ਜਾਂਦੀ ਹੈ ਉੱਥੇ ਹੀ ਨਵੇਂ ਸਾਲ ਦੇ ਆਗਮਨ ਦੇ ਉੱਤੇ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ, ਜਿਸ ਦੇ ਦਰਮਿਆਨ ਪਹਿਲਾ ਤਿਉਹਾਰ ਜਿਹੜਾ ਜਨਵਰੀ ਦੇ ਮਹੀਨੇ 13 ਜਨਵਰੀ ਲੋਹੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਔਰ ਠੰਡ ਦੇ ਸੀਜ਼ਨ ਨੂੰ ਦੇਖਦੇ ਹੋਇਆਂ ਹਰ ਚੀਜ਼ ਬਾਜ਼ਾਰਾਂ ਵਿੱਚ ਆ ਜਾਂਦੀ ਹੈ ਅਤੇ ਸਭ ਤੋਂ ਪਹਿਲੀ ਚੀਜ਼ ਹੈ ਜਿਹੜੀ ਸੁਗਾਤ ਹੈ ਜਿਹਨੂੰ ਖਜੂਰ ਕਿਹਾ ਜਾਂਦਾ ਹੈ, ਜੋ ਕਿ ਮੈਦੇ ਦੀ ਬਣਦੀ ਹੈ ਅਤੇ ਸਿਰਫ ਅੰਮ੍ਰਿਤਸਰ ਦੇ ਵਿੱਚ ਹੀ ਮਿਲਦੀ ਹੈ ਅਤੇ ਪੁਰਾਤਨ ਸਮੇਂ ਤੋਂ ਚੱਲਦਾ ਆ ਰਿਹਾ ਸਾਰਾ ਕੰਮ ਹੈ।
ਤੇ ਲੋਕਾਂ ਦੇ ਵਿੱਚ ਕਾਫੀ ਰੁਝਾਨ ਹੁੰਦਾ ਹੈ। ਲੋਹੜੀ ਦੇ ਤਿਉਹਾਰ ਦੇ ਉੱਤੇ ਖਜੂਰ ਵਧੀਆ ਤੋਹਫਾ ਮੰਨਿਆ ਗਿਆ ਜੋ ਕਿ ਧੀਆਂ ਦਾ ਤਿਉਹਾਰ ਵੀ ਹੈ, ਧੀਆਂ ਨੂੰ ਦਿੱਤਾ ਜਾਂਦਾ ਹੈ ਤੇ ਉਹਦੇ ਦਰਮਿਆਨ ਭੁੱਗਾ ਖੋਇਆ ਆਪਣਾ ਖਜੂਰ ਹੋਈ ਹਰ ਚੀਜ਼ ਬਾਜ਼ਾਰਾਂ ਦੇ ਵਿੱਚ ਪਹੁੰਚ ਚੁੱਕੀ ਹੈ ਤੇ ਲੋਕ ਇਹਦੀ ਭਰ ਜੋਰ ਜਿਹੜੀ ਹੈ ਖਰੀਦਦਾਰੀ ਕਰਦੇ ਨੇ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਗਿਆ ਕਿ ਇਹ ਠੰਡ ਤੋਂ ਬਚਾਅ ਦੇ ਲਈ ਗਰਮ ਚੀਜ਼ਾਂ ਦਾ ਜ਼ਰੂਰ ਸੇਵਨ ਕਰਨ, ਬਾਕੀ ਮੂੰਗਫਲੀ ਰਿਓੜੀ ਗੱਚਕ ਹਰ ਤਰ੍ਹਾਂ ਦਾ ਗੁੜ ਦਾ ਜਿਹੜਾ ਮਠਿਆਈ ਉਹ ਵੀ ਆ ਚੁੱਕੀ ਹੈ ਤੇ ਖਜੂਰਾਂ ਦਾ ਮੇਨ ਲਾਹਾ ਹੁੰਦਾ ਹੈ ਕਿ ਜਿਹੜਾ ਦਿਨ ਤਿਉਹਾਰ ਦੇ ਵਿੱਚ ਚੱਲਦੀ ਹੈ ਜੀ। ਕੈਮਰਾਮੈਨ ਰਮਨ ਕੁਮਾਰ ਦੇ ਨਾਲ ਸੁਸ਼ੀਲ ਸ਼ਰਮਾ, ਫਾਸਟਵੇ ਨਿਊਜ਼ ਅੰਮ੍ਰਿਤਸਰ। ਕਸਬਾ ਅਟਾਰੀ ਵਿੱਚ ਗੁਰਸ਼ਰਨ ਸਿੰਘ ਗੋਲਡੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਵਿਧਾਨ ਸਭਾ ਕਮੇਟੀ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਤੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ, ਸਕੱਤਰ ਸਿੰਘ ਸੋਨੂ, ਕੁਲਵੰਤ ਸਿੰਘ ਅਤੇ ਅਮੋਲਕ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਸਨ। ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਵੱਲੋਂ ਨੋਵਲਟੀ ਚੌਂਕ ਵਿਖੇ ਨਹਿਰੂ ਸ਼ਾਪਿੰਗ ਕੰਪਲੈਕਸ ਦੇ ਬਾਹਰ ਦੁਕਾਨਾਂ ਦੇ ਅੱਗੇ ਲੱਗੇ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਬਾਰੇ ਦੁਕਾਨਦਾਰਾਂ ਨੇ ਰੋਸ ਕਰਦਿਆਂ ਆਖਿਆ ਕਿ ਇਹ ਇੰਪਰੂਵਮੈਂਟ ਟਰੱਸਟ ਦੀ ਕਾਰਵਾਈ ਠੀਕ ਨਹੀਂ ਹੈ, ਨਾ ਹੀ ਇਸ ਬਾਰੇ ਕੋਈ ਨੋਟਿਸ ਦਿੱਤਾ ਗਿਆ ਸੀ। ਉਹ ਇੰਪਰੂਵਮੈਂਟ ਟਰੱਸਟ ਨੂੰ ਲੈ ਕਹਿੰਦੇ ਖਾਲੀ ਕਰੋ, ਸਮੁੱਚਾ ਚੁੱਕੋ, ਬਰਾਂਡਾ ਖਾਲੀ ਕਰੋ, ਬਰਾਂਡਾ ਖਾਲੀ ਕਰਾਉਣ ਦਾ ਖੋਖਾ ਲੱਗਾ ਸਰਕਾਰ ਇਹਨੂੰ ਖਾਲੀ ਕਰਾਉਣਾ ਮੈਨੂੰ ਭਾਈ ਵੇਖੋ ਮੇਰੀ ਗੱਲ ਨਹੀਂ ਹੈ, ਆਪਾਂ ਕਹਿ ਰਹੇ ਕਿ ਸਾਨੂੰ ਠੀਕ ਹੈ ਪਰ ਤੁਸੀਂ ਖੋਖੇ ਲਵਾਈ ਜਾਓਗੇ ਨਜਾਇਜ਼ ਸਰਵਿਸ ਕੋਈ ਕਰਨਗੇ, ਉਹਦਾ ਕੋਈ ਹੱਲ ਨਹੀਂ, ਸਾਨੂੰ ਕਹਿ ਰਹੇ ਨੇ ਸਮਾਨ ਚੁੱਕ ਕੇ ਅੰਦਰ ਕਰ ਲਓ ਅਤੇ ਹੱਥੋਂ ਬਾਅਦ ਚੁੱਕਣ ਨਾਲ ਵੀ ਆ ਰਹੇ ਦਵਾ ਦਵਾ ਤੋਂ ਚੁੱਕ ਮਾਨ ਭਾਈ ਭਾਈ ਮੈਂ ਕਹਿੰਦਾ ਖੋਖਾ ਵਿੱਚ ਚੁਕਾ ਤਾਂ ਅਸੀਂ ਸਭ ਕੁਝ ਚੁੱਕ ਦਿੰਦੇ ਹਾਂ ਭਾਈ, ਮਜ਼ਬੂਰ ਨੂੰ ਲਾਉਣਾ ਹੀ ਪੈਣਗੇ ਨਾ ਭਾਜੀ। ਅੱਛਾ ਕੁਰਸੀ ਲਾਵਾਂਗੇ ਜਦੋਂ ਭਾਈ ਫਿਰ ਸਾ ਕਿਉਂ ਉਹ ਲਾਂਘਾ ਨਹੀਂ ਹੈਗਾ ਉਹਨਾਂ ਵਾਸਤੇ ਲਾਂਘਾ ਨਹੀਂ ਫਿਰ ਸਾਡੇ ਤੇ ਉਹਨਾਂ ਨੂੰ ਕਰਾਂਗੇ ਗੱਲ ਕਰਾਂਗੇ ਭਾਜੀ ਉਹਨਾਂ ਨਾਲ ਆਪਣੇ ਸਾਰੇ ਇਕੱਠੇ ਹੋ ਕੇ ਗੱਲ ਕਰਾਂਗੇ, ਧਰਨਾ ਲਗਾਓਗੇ ਕੁਛ ਨਾ ਕੋਈ ਕਰਾਂਗੇ ਜੀ। ਆਰਡਰ ਆਏ ਆ ਐਸ ਸੀ ਸਾਹਿਬ ਹੋਰਾਂ ਦੇ ਕਿ ਸਾਨੂੰ ਦੋ ਦਿਨਾਂ ਵਿੱਚ ਕਲੀਅਰ ਕਰਾਉਣੀ ਹੈ, ਸਾਰੇ ਇਨਕਰੋਚਮੈਂਟ ਜਿੰਨੀ ਇੱਥੇ ਕੋਰੀਡੋਰ ਵਗੈਰਾ ਕਵਰ ਕੀਤੇ ਸਾਰੇ ਖਾਲੀ ਕਰਾਉਣੇ ਆ। ਠੀਕ ਹੈ ਜੀ, ਅੱਜ ਅਸੀਂ ਇੱਥੇ ਡਰਾਈਵ 'ਤੇ ਆਏ ਹਾਂ, ਅਸੀਂ ਇਹਨਾਂ ਮੂਵ ਕਰਾਉਣ ਵਾਸਤੇ ਪਿਛਲੇ 4 ਦਿਨਾਂ ਤੋਂ ਵਾਰਨਿੰਗ ਦੇ ਰਹੇ ਹਾਂ, ਅੱਜ 5ਵਾਂ ਦਿਨ ਅਸੀਂ 5ਵੇਂ ਦਿਨ ਆਏ ਇੱਥੇ ਕਿ ਅਸੀਂ ਸਮਾਨ ਅੱਜ ਪਿੱਕ ਕਰਨ, ਇਹਨਾਂ ਪਿਛਲੇ 4 ਦਿਨ ਰੈਗੂਲਰ ਕਹਿ ਰਹੇ ਕਿ ਸਮਾਨ ਆਪਣਾ ਪਿੱਕ ਕਰ ਲਓ, ਬਾਅਦ ਵਿੱਚ ਕਿਸੇ ਦਾ ਕੋਈ ਨੁਕਸਾਨ ਹੋਏਗਾ ਅਸੀਂ ਟਰੱਸਟ ਕੋਈ ਜ਼ਿੰਮੇਵਾਰ ਨਹੀਂ ਹੋਏਗਾ। ਇਹਨਾਂ 'ਤੇ ਕੋਈ ਵੀ ਕੰਨ 'ਤੇ ਜੂ ਨਹੀਂ ਸਰਕੀ, ਇਹਨਾਂ ਰੈਗੂਲਰ ਅੱਜ ਵੀ ਲਗਾਈਆਂ ਹੋਈਆਂ ਸੀ, ਤੁਸੀਂ ਅੱਜ ਵੀ ਦੇਖੀਆਂ ਹੋਣੀਆਂ। ਈਵਨ ਜਿਹੜੀ ਇਸ ਟਾਈਮ 'ਤੇ ਪਬਲਿਕ ਖੜੀ ਹੈ 80% ਉਹ ਪਬਲਿਕ ਹੈ ਜਿਹੜੀ ਇੱਥੇ ਰਿਫਰੈਸ਼ਮੈਂਟ ਵਗੈਰਾ ਲੈਣ ਆਈ ਹੋਈ ਹੈ। ਸ਼੍ਰੀ ਰਾਧਾ ਰਾਣੀ ਪਰਿਵਾਰ ਵੱਲੋਂ ਪਹਿਲਾ ਛੱਪਣ ਭੋਗ ਸਮਾਗਮ ਸ਼੍ਰੀ ਦੁਰਗਿਆਣਾ ਤੀਰਥ ਵਿਖੇ ਬੜਾ ਹਨੂੰਮਾਨ ਮੰਦਿਰ ਵਿੱਚ ਆਯੋਜਿਤ ਕੀਤਾ ਗਿਆ। ਸ਼੍ਰੀ ਦੁਰਗਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਰਮੇਸ਼ ਚੰਦਰ ਸ਼ਰਮਾ ਨੇ ਜੋਤੀ ਪ੍ਰਚੰਡ ਕੀਤੀ। ਇਸ ਮੌਕੇ ਤੇ ਸਤਕੀਰਤਨ ਵੀ ਕੀਤਾ ਗਿਆ। ਵਿਧਾਇਕ ਡਾਕਟਰ ਅਜੇ ਗੁਪਤਾ, ਕੌਂਸਲਰ ਵਿਕਾਸ ਸੋਨੀ, ਸ਼੍ਰੀ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਲਕਸ਼ਮੀ ਕਾਂਤਾ ਚਾਵਲਾ, ਕੌਂਸਲਰ ਮਹੇਸ਼ ਖੰਨਾ, ਰਕੇਸ਼ ਸ਼ਰਮਾ, ਅਨਿਲ ਸ਼ੋਰੀ, ਰਿਸ਼ੀ ਖੰਨਾ ਅਤੇ ਸੁਨੀਲ ਸੇਠੀ ਸਮੇਤ ਕਈ ਲੋਕ ਮੌਜੂਦ ਸਨ। ਪੁਲਿਸ ਥਾਣਾ ਮਕਬੂਲਪੁਰਾ ਵੱਲੋਂ 29 ਗ੍ਰਾਮ ਹੈਰੋਇਨ ਸਮੇਤ 2 ਦੋਸ਼ੀ ਰਵੀ ਅਤੇ ਦਿਲਬਾਗ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲਿਸ ਥਾਣਾ ਕੈਂਟੋਨਮੈਂਟ ਵੱਲੋਂ 1 ਪਿਸਟਲ, 315 ਬੋਰ, 3 ਰੌਂਦ ਸਮੇਤ 1 ਦੋਸ਼ੀ ਲਵ ਨੂੰ ਕਾਬੂ ਕੀਤਾ ਗਿਆ। ਪੁਲਿਸ ਥਾਣਾ ਸਿਵਲ ਲਾਈਨ ਵੱਲੋਂ 2 ਚੋਰੀ ਦੇ ਮੋਟਰਸਾਈਕਲ ਸਮੇਤ 1 ਦੋਸ਼ੀ ਚੰਦ ਸਿੰਘ ਨੂੰ ਕਾਬੂ ਕੀਤਾ ਗਿਆ। ਪੁਲਿਸ ਥਾਣਾ ਡੀ ਡਿਵੀਜ਼ਨ ਵੱਲੋਂ 5 ਗੱਟੂ ਚਾਈਨਾ ਡੋਰ, 45,000 ਰੁਪਏ ਸਮੇਤ 1 ਦੋਸ਼ੀ ਇਸ਼ਾਨ ਨੂੰ ਕਾਬੂ ਕੀਤਾ ਗਿਆ ਅਤੇ ਪੁਲਿਸ ਥਾਣਾ ਮਕਬੂਲਪੁਰਾ ਵੱਲੋਂ 2 ਵੱਖ-ਵੱਖ ਮੁਕੱਦਮਿਆਂ ਵਿੱਚ 56 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 2 ਦੋਸ਼ੀ ਸ਼ੇਖਰ ਅਤੇ ਧੀਰ ਸਿੰਘ ਨੂੰ ਕਾਬੂ ਕਰ ਲੋੜੀਂਦਾ ਕਾਰਵਾਈ ਕੀਤੀ ਜਾ ਰਹੀ ਹੈ। ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਅੰਧ ਵਿਦਿਆਲਿਆ ਵਿਖੇ ਮਨਾਇਆ ਗਿਆ ਲੂਇਸ ਬ੍ਰੇਲ ਦਾ ਜਨਮ ਦਿਹਾੜਾ। ਇਹ ਤੇ ਕੁਝ ਹੋਰ ਖਬਰਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। फनलैंड अपने बच्चों को नेचर का अनुभव और राइड्स का फन दीजिए। आइए कंपनी बाग में सबके मनपसंद फनलैंड में और मजे लीजिए बेशुमार राइड्स, बोटिंग, रेस्टोरेंट, हॉर्स राइडिंग, आर्टिफिशियल जू, डांस और बहुत सारी एक्साइटिंग एक्टिविटीज का। एंट्री सिर्फ 5 रुपए से शुरू। Thank you.
on land, in your city, unlimited fun. तुझे देखा हुआ पागल पागल तुम्हारी बॉडी जैसे पारल पारल पास आ जाने जा पन मेरी यामाहा लम्बे 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 है द थ्रॉटल लेट मी मेक यू मूव कम बैड बॉय बेबी बन द थोड़ा क्रैक जान लेवा रे से मेरा स्वैग लेट मी मेक यू मूव ब्रेक तो बाद एक बार फिर थोड़ा स्वागत है। श्री अमृतसर शहर दे लोगढ़ नजदीक इंस्टीट्यूट फॉर द ब्लाइंड चल रहा है, जो कि पिछले कई सालों तो ब्लाइंड स्टूडेंट्स की सेवा विच लग्या होया है। बच्चों की पढ़ाई तो लैके उन्होंने रोजगार तक की जिम्मेवारी इस इंस्टीट्यूट ने चुकी हुई है। छोटे बच्चों की अते वड्डे बच्चों की हर तरह की पढ़ाई अते खाण पीन का पूरा ख्याल रखा जाता है। ब्लाइंड स्टूडेंट्स की पढ़ाई ब्रेल लिपि नाल करवाई जाती है अते इस वास्ते क्वालिफाइड टीचर्स रखे गए हैं। ब्लाइंड इंस्टीट्यूट विखे लुईस ब्रेल का जन्म दिहाड़ा इस संस्था के बच्चों वालों मनाया गया। लुईस ब्रेल ने ब्रेल लिपि का आविष्कार किया सी, जो कि दुनिया भर के ब्लाइंड लोगों वास्ते काम आती है अते कई जगह इसका इस्तेमाल होता है। 1923 तो यह ब्लाइंड इंस्टीट्यूट लगातार काम कर रहा है अते 2023 दी अप्रैल विच इस दे 100 साल पूरे हो रहे हैं। असी उम्मीद करते हैं कि आने वाले टाइम विच यह इंस्टीट्यूट ब्लाइंड लोगों का सहारा बनया रहेगा। लुई ब्रेल जी जिहड़े ने ओ एक ऐसे महान इंसान ने जिन्हां ने ब्रेल लिपि का आविष्कार किया, तो जिहड़े ब्लाइंड बच्चे ने उन्हां दे लई एक नवा जिहड़ा जीवन दान दिता, क्योंकि ब्रेल लिपि तो बिना ब्लाइंड स्टूडेंट्स के लिए स्टडी कर पाना थोड़ा डिफिकल्ट हुंदा है, लेकिन ब्रेल लिपि दे नाल उन्हां दे लई स्टडी करना आसान हो गया। हुण जिहड़े ब्लाइंड बच्चे ने उन्हां नूं एजुकेशन जिहड़ी आ प्रॉपर मिल रही है, जिहदे नाल ओह मतलब अपने ड्रीम्स फुलफिल कर रहे ने। ओह हर खेत्र दे विच अग्गे ने, चाहे ओह स्पोर्ट्स होण, चाहे वह कोई डांस एक्टिविटी है, मतलब हर चीज़ के जोड़ा ब्लाइंड आ वो दूसरे स्टूडेंट्स के नालों बिल्कुल भी पिछे जोड़ा है वो नहीं हैगा। सो बहुत बहुत थैंक्स आ लुई ब्रेल जी का, जिन्ह ने ब्रेल लिपि बनाई है तो ब्लाइंड बच्चों के लिए उन्होंने एजुकेशन प्राप्त करने का एक सुनहरा मौका दिया। लुई ब्रेल का जन्म नहीं सी 1809 पैदा होया, 4 जनवरी तो फादर ना लैदर का काम करते चमड़े का, तो किसी गलती नाल कोई इंस्ट्रूमेंट वो खेलता पाया से कोई औजार नाल वो अख बज गया तो ब्लाइंड हो गया, तो बड़े परेशान हो गए। तो बच्चे ना बड़ी जज्बा सी, तो उन्हें कहा भी कुछ ना कुछ इस तरह किया जाए, जे मेरे वर्गे बच्चे होर हो गए तो किस तरह जिंदगी कट्टन गए। फिर उन्हें धीरे 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 इवॉल्व हो के तो उन्हें कह लिपि जिन्हों के डॉट लिपि कहते अपना उन्हें लुई दी ब्रेल दी लिपि शुरू की, जिन्ना उन्हें फिर लोगों पढ़ाना शुरू किया, होर किताबा बनाइया, ये किया वो किया, की हो गया एक नवी जिंदगी जरा नेत्रहीन बच्चों मिल गई। वो एक सारे बच्चे जो अब तुम देखो नेत्र कि अच्छे उन्होंने उन्होंने प्रशंसा की, कि लाइफ हिस्ट्री सुनाई गई, गाने बनाए गए लुई ब्रेल से। ये जज्बा देखो बच्चों, अच्छ देखो देखो 250 साल हो गए ने, उन्होंने जज्बा अज तक भी चलता है। लुई ब्रेल का नाम अमर रहेगा, सारी उम्र अमर रहेगा, खासकर नेत्रहीन वास्ते। तुम दसो उन्होंने फ्रेंच गवर्नमेंट ने उस बंदे इन्नी ही जिते हीरोज ऑफ फ्रांस के उन्होंने दफन किए ही उन्होंने दफनाया गया, तो उन्होंने एक बड़ी वड्डी उपाधि दी। और साडा इंस्टीट्यूट सर हुण 100 साल मनाना जा रहे हैं, अप्रैल च बड़ा वड्डा फंक्शन रखांगे, सारे दसा गया असी कितनी सेवा भाव है। और सारों जगह मैं श्रद्धांजलि देंगा अमृतसर के निवासियों, साडे हेडमास्टर, टीचरों, स्टाफ न और बच्चों, जिन्होंने इन्ना अच्छा ये प्रोग्राम अच्छ रख्या देखियो। और सानू दानी पुरशां का एक बड़ा शुक्रिया, तो उन्होंने हमेशा अपनी ट्रिब्यूट पेश करांगे कि उन्होंने कारण इंस्टीट्यूट चलता पाया। अमृतसर विच लोगढ़ के नज़दीक ब्लाइंड इंस्टीट्यूट जिमें दसया गया कि 1923 शुरू होया सी, और 2023 इसे साल यह अपना 100 साल पूरे करता पाया है। सैलीब्रेशन होंदिया ने इतने तकरीबन, और असं अक्सर इतने शूट कर आने, कवर कर आने कि बच्चों की सेवा में यह इंस्टीट्यूट किमें लगा हुआ है। लुई ब्रेल जिन्होंने कि ब्रेल लिपि शुरू की, उन्होंने बर्थडे मनाया गया, क्योंकि ब्लाइंड्स वास्ते
ब्रेल लिपि जिहड़ी हैगी है उही एक साधन हैगा पढ़न दा और पढ़ाउण दा कि अपने पैरों से खड़े होने वास्ते बेसिक्स जिहड़े हैगे उह ब्रेल लिपि तो ही शुरू होंदे ने। धन्यवाद करते हैं असं इस इंस्टीट्यूट का जिहड़े कि नेत्रहीन बच्चों वास्ते इन्ना कुछ करते पए ने कि रहन की थां भी हैगी है रोटी पानी भी है और नाले उत्तों पढ़ाई भी है। कैमरा परसन राकेश नाल जेपी सिंह फास्ट न्यूज़ अमृतसर। पिंगलवाड़ा की मुख सेवादार डॉक्टर इंदरजीत कौर ने पत्रकार वार्ता दौरान गलबात करदिया पिछले तीन महीनों में पिंगलवाड़े दियां प्रमुख गतिविधियां बारे जानकारी दी। इत्थे जिक्रयोग है कि पिंगलवाड़ा कई सालों तो दीन दुखियां लवारिसां अते बीमार लोगों की सेवा कर रही है। इस मौके पर पिंगलवाड़ा के मीत प्रधान डॉक्टर जगदीपक सिंह वालों संपादित पिंगलवाड़ा टाइम्स का लोक अर्पण किया। पत्रकार वार्ता दौरान मैंबर राजबीर सिंह, हरजीत सिंह अरोड़ा, मुख प्रशासक दर्शन सिंह बावा, तिलक राज समेत सारे मैंबर मौजूद सन। जगराज सिंह सरां जिहड़े साडे प्रेजिडेंट हैं उत्थों दे चैरिटेबल सोसाइटी इंग्लैंड दे यूके दे उन्हां नूं जिहड़ा बहुत वड्डा सन्मान जिहड़ा मिलिया उत्थों दी सरकार वल्लों ब्रिटिश एम्पायर अवार्ड नाल उन्हां नूं सन्मानित किया गया सिंह पिंगलवाड़ा दीआं सेवावां करके। तो इस करके बहुत खुशी की गल है कि जिहड़ा भी इस विच योगदान पाउंदा उहदे संगतां नूं किन्ना प्यार करदियां ने। डॉक्टर दीपक दी मेहनत होरां नाल जिहड़ा सोविनियर जिहड़ा साडा पिंगलवाड़ा टाइम्स त्रिमासिक अज असीं रिलीज़ कर रहे हैं ये सारे जिहड़े ने बड़ियां खुशी दीआं गल्लां ने कि इन्नियां प्राप्तियां हुंदियां कई मरीज़ घर चले गए। नगर निगम की टीम ने गुरु नानक देव यूनिवर्सिटी के सामने कार्रवाई करदिया मार्केट विच एक कुलचियां वाली दुकान ते कार्रवाई करदिया नाजायज़ कब्जा हटाया। दुकानदार ने रोस जाहिर करदिया नगर निगम की इस कार्रवाई नू गलत दसिया। इस कार्रवाई बारे नगर निगम के अधिकारी तरमिंदरजीत ने दसिया कि नगर निगम ने शिकायत मिलन ते एक कार्रवाई की है जेकर नाजायज़ कब्जे अते इनक्रोचमेंट की गई तो कार्रवाई की जाएगी। वेखो तुसीं सारी मार्केट वेखो सारा ही तंदूर लगा जिन्हें एक लगा उन्होंने नहीं पिछे किया मैनू आ के बोल रहे चलो एक चीज़ होंगी बंदे समा दिता जाता टाइम दिता जाता भाजी तुम दस पंद्रह मिनट का भी मिनट का टाइम दिता मैनू कोई टाइम नहीं दिता उन्होंने सर ठीक है जी आ के मेरा बोर्ड पाता बोर्ड लगा ही बहर वह बोर्ड पाता बंद धमकी देते गल गलत है सर। अमृतसर कुलचे का मैटर है कि एन आर आई सम्मेलन होया इस गुरु नानक देव यूनिवर्सिटी में उत्थे एक एन आर आई वालों शिकायत की गई थी कि इतने जोड़ा अमृतसर कुलचे वाला उन्हें जगह वध कवर की हुई है सारा जरा अपना सड़क कोरीडोर है उन्होंने कवर किया गया असं सिर्फ कोरीडोर का साफ कराया और उन्होंने हिदायत की है कि कोरीडोर के जगह अपना समान नहीं लगाना जिहड़े जनरेटर की कार्रवाई है वह भी हिमाचल कमिश्नर साहब को प्रवानगी लैके जनरेटर से कार्रवाई कर रहे हैं देखते हैं सारा सारा सर्वे करते हैं अजे तो फिलहाल सू जी शिकायत मिली थी उन्होंने शिकायतों से कार्रवाई कर रहे हैं बाकी भी सर्वे कराया जाएगा जोड़ा भी होगा उन्होंने किया जाएगा। पिंड झंझोटी विखे तूना साहिब ट्रस्ट के गद्दी नशीन महंत मलकीत नाथ की अगवाई हेठ एक समागम आयोजित किया गया अते संत गोरखनाथ जी के परिवार विच वादा करदिया चार सेवकों के कन्नां विच मुंदरा पाई गई अते 21 दिनों बाद भोरे चो कढ संगतों के रूबरू किया गया। इस मौके ट्रस्ट के चेयरमैन ओम प्रकाश गब्बर की अगवाई हेठ कई मैंबरां दीआं नियुक्तियां कीतियां गईआं जिस दौरान तूना साहिब ट्रस्ट के पंजाब वाइस प्रधान सुरजीत सिंह अते महंत बलदेव राज बैरागी नूं जनरल सकत्तर नियुक्त किया गया। इस मौके प्रसिद्ध गायक अते अहुदेदार सरबजीत बुग्गा बाबा बलबीर सिंह मनजीत सिंह समेत वड्डी गिणती विच संगतां हाजिर सन। उस ही 12 तरीक नूं जिहड़ा इहनां नूं योगदान पाया सी अज उहनां दा जिहड़ा 21 करके 23 करके उहनां नूं बाहर संगतां नूं दर्शन कराए गए आ। पिंड झंझोटी विखे चार उहनां दे चरण सेवक जिन्हां नूं 12 तरीक नूं मुंदरा पाते उहनां नूं चीरा दित्ता गया सी अज सतगुरु गोरखनाथ जी का परिवार के वाधा होया अज 21वां दिन सीगा ये भी एक शिले की तरह ही हुंदा है अज उन्होंने बाहर कढ के साध संगत नूं दर्शन करवाए आ। संतां वल्लों सानू जो साडे सीनियर चेयरमैन प्रकाश गब्बर जी वल्लों सानू नियुक्ति पत्र दिते गए जी सो असीं संगतां नूं विश्वास दिवाउने आ कि संगत दे नाल वाल्मीक समाज दे नाल मोढे नाल मोढा जोड़ के ते समाज दी सेवा करांगे। एक्सीडेंट्स नाल जा रहीआं कीमती जानां नूं बचाउण लई पुलिस जिला अमृतसर देहाती दे एजुकेशन सैल वल्लों थाणा चाटीविंड दे इलाके विच एएसआई कमलजीत एएसआई रणजीत सिंह ट्रैफिक मार्शल सुरजन सिंह ने आम पब्लिक नूं रोक के वाहन चालकां नूं
सीट बेल्ट लगाउन लई कहा। पैम्फलेट वंडे गए, ट्रक ट्रालियां मिनी ट्रक रोक के इन्हां ते रिफ्लैक्टर लगाए गए तां जो धुंद नाल हो रहे एक्सीडेंट्स तो बचा हो सके अते ट्रैफिक बारे कई अहम जानकारी दिती गई। कथू नंगल दे टोल प्लाजा दे बाहर किसान मजदूर संघर्ष कमेटी वालों अपनी हकी मंगा नूं लै के रोस मुजाहरा किया गया अते पुतला फूकिया गया अते मांग की गई कि सरकार जल्द तो जल्द उन्हां दीआं मंगां पूरियां करे, नहीं तो संघर्ष तेज किया जाएगा। इस मौके सूबा जनरल सकत्तर सरवन सिंह पंदेर समेत वड्डी गिनती विच किसान मौजूद सन। अज 21 दिन हो गए टोल प्लाजा नूं फ्री कित्या आया ते 40 दिन हो गए डीसी दफ्तर दे मोर्चे चलदे। यही आ भी जीरा फैक्टरी विच जिहड़ा अंदोलन चल रहा पानिया के मुद्दे नूं लैके भी पंजाब की इंडस्ट्री जिवें दरियावां दा जमीन हेठला पानी गंदा कर रहे आ ते जीरा वाले मसले नूं तुरंत हल किया जाए, सरकार टाल मटोल ना करे। जुमला मुश्तरका मालकां जमीनां ते नोटिस कल के किसानां कोलों खोईयां ना जाण ते जिहड़ी भारत माला योजना चाहे चाहे ऊना अमृत एक्सप्रैस वे आ ते चाहे जम्मू कटरा वे आ उह धक्के ना खोईयां ना जाण। साहिब श्री गुरु गोबिंद सिंह जी महाराज के प्रकाश पुरब के संबंध में पिंड हेर तो नगर कीर्तन पंज प्यारियां अते श्री गुरु ग्रंथ साहिब जी की छतर छाया हेठ सजाया गया। गुरुद्वारा लोह साहिब अजनाला रोड पहुंचन ते नगर कीर्तन का निघा स्वागत किया गया। इस मौके ते मास्टर बलराज सिंह, प्रवीण चड्डा, रविंदर सिंह, हीरा सिंह, मनिंदर सिंह समेत वड्डी गिनती विच संगत ने नगर कीर्तन च हिस्सा लिया। ये नगर कीर्तन वख वख इलाकियां चो हुंदा होया पिंड हेर विखे जा के समाप्त होया। गद्दी श्री बाबा लाल दयाल जी वालों परम पूज्य पीठाधीश्वर श्री श्री 108 श्री आनंददास जी महाराज की अगवाई है प्रभात फेरी शिहाटा विखे पूजी। इस मौके परम पूज्य अद्वैत स्वरूप माता आरती देवा जी ने प्रभात फेरी का स्वागत किया। अते आखिर विच मुख खबर एक बार फिर तो अमृतसर दे अमन एवेन्यू इलाके विखे 20 साला नौजवान नूं गोलियां मार उतारिया मौत दे घाट। कैबिनेट मंत्री अमन अरोड़ा अपनी अमृतसर फेरी दौरान सचखंड श्री हरिमंदर साहिब अते श्री दुर्गियाना तीरथ विखे होए नतमस्तक। मेयर करमजीत सिंह रिंटू वालों की गई दसौंदा सिंह रोड विखे इंटरलॉकिंग टाइलां लगाउण दी शुरुआत। ऐसा नाच दियां खबरां असी अगले बुलेटिन विच फेर मिलांगे। हुण मैनूं दिओ इजाजत, धन्नवाद।